ਇਹ ਆ ਜੀ ਮੇਰਾ ਸ਼ੈਤਾਨ ਪੁੱਤ। ਇਹਦੇ ਦਾਦੂ ਨੇ ਇਹਨੂੰ ਖੜਾਉਣਿਆਂ ਦਾ ਟਰੱਕ ਭਰ ਕੇ ਲਿਆਤਾ, ਪਰ ਇਹਦੇ ਆਹ ਰਿਮੋਟ ਹੀ ਪਸੰਦ ਆਉਂਦਾ। ਇਹਨੂੰ ਹਰ ਇੱਕ ਮਿੰਟ ਬਾਅਦ ਇੱਕ ਨਵਾਂ ਖਿਡਾਉਣਾ ਚਾਹੀਦਾ, ਨਹੀਂ ਤਾਂ ਕਹਿੰਦਾ ਮੈਂ ਖੇਡਣਾ ਹੀ ਨਹੀਂ। ਇਹਨੂੰ ਸਿਰਫ ਆਹ ਰਿਮੋਟ ਹੀ ਪਸੰਦ ਆਉਂਦਾ। ਪਤਾ ਨਹੀਂ ਇਹ ਰਿਮੋਟ ਦੇ ਵਿੱਚ ਕਿਹੜੀ ਖੰਡ ਲੱਗੀ ਹੈ, ਇਹਨੂੰ ਕੋਈ ਖਿਡਾਉਣਾ ਪਸੰਦ ਨਹੀਂ ਆਉਂਦਾ। ਇੱਕ ਚੱਕਦਾ, ਮੂੰਹ 'ਚ ਪਾਉਂਦਾ, ਸਵਾਦ ਦੇਖਦਾ, ਭਗਾ ਕੇ ਮਾਰਦਾ, ਪਤਾ ਨਹੀਂ ਕੀ ਖਿਡਾਉਣਿਆਂ 'ਚ ਕਿਹੜਾ ਸਵਾਦ ਭਾਲਦਾ। ਲਓ ਜੀ ਹੁਣ ਆਹ ਸਿੱਟ ਤਾਂ ਹੁਣ ਆਹ ਚੱਕ ਲਿਆ, ਇਹ ਨਹੀਂ ਮੂੰਹ 'ਚ ਪਿਆ, ਫਿਰ ਇਹ ਚੱਕ ਲਿਆ, ਹੁਣ ਇਹ ਮੂੰਹ 'ਚ ਪੈ ਗਿਆ, ਇਹਦਾ ਸਵਾਦ ਵਧੀਆ ਨਹੀਂ, ਇਹ ਗਿਆ ਹਜੇ ਦੁਬਾਰੇ ਟੈਸਟ ਕਰੂ। ਕਿਉਂ ਪੁੱਤ ਵਧੀਆ? ਵਧੀਆ ਨਹੀਂ ਝੱਟ ਪਰੇ, ਫਿਰ ਹੁਣ ਨਵਾਂ ਚੱਕ। ਚੱਲ ਹੁਣ ਇਹ ਚੱਕ ਲਿਆ, ਇਹ ਵੀ ਨਹੀਂ ਵਧੀਆ, ਇਹ ਵੀ ਨਹੀਂ ਵਧੀਆ, ਝੱਟ ਪਰੇ, ਫਿਰ ਝੱਟ ਪਰੇ, ਝੱਟ ਪਰੇ, ਦੂਰ ਮਾਰ ਪਕਾ ਕੇ ਹੋਰ ਚੱਕ ਹੁਣ ਕੋਈ। ਚਲੋ ਜੀ ਆਹ ਇਹਦੇ ਵਧੀਆ ਮੂੰਹ 'ਚ, ਇਹਦਾ ਇਹਨੂੰ ਵਧੀਆ ਸਵਾਦ ਲੱਗਦਾ, ਪਤਾ ਨਹੀਂ ਇਹਦੇ ਵਿੱਚ ਕੀ ਹੈ, ਇੱਕ ਖੜਕਾ ਕੇ ਪਤਾ ਨਹੀਂ ਕੀ ਦੇਖਦਾ। ਲਓ ਜੀ ਇਹ ਵੀ ਨਹੀਂ ਪਸੰਦ, ਇਹ ਵੀ ਨਹੀਂ ਪਸੰਦ, ਫਿਰ ਰਿਮੋਟ 'ਤੇ ਹੀ ਆ ਗਿਆ। ਉਹ ਪ੍ਰਭਜੋਤ ਓਏ ਖਿੱਜਤ, ਛੇ ਮਹੀਨਿਆਂ ਦਾ ਬੱਚਾ, ਸਾਨੂੰ ਸਾਰਿਆਂ ਨੂੰ ਅਕਲ ਸਿਖਾਉਂਦਾ, ਹਰ ਰੋਜ਼ ਨਵਾਂ ਖਿਡਾਉਣਾ ਚਾਹੀਦਾ। ਇੱਧਰ ਇਹਦੀ ਅਲਮਾਰੀ ਹੈ, ਇਹ ਸਾਰੀ ਇਹਦੀ ਖਿਡਾਉਣੇ ਨਾਲ ਹੀ ਭਰੀ ਹੋਈ ਹੈ, ਨੀਚੇ ਜਾਂਦੇ ਹਾਂ ਤਾਂ ਨੀਚੇ ਭਰੀ ਹੋਈ ਹੈ। ਪਤਾ ਨਹੀਂ ਇਹਨੂੰ ਕਿਹੜਾ ਖਿਡਾਉਣਾ ਕਿਸ ਦਿਨ ਪਸੰਦ ਆਊਗਾ, ਕਿਹਦੇ ਕਿਹਦੇ ਨਾਲ ਘਰੇ ਕੁਛ ਹੁੰਦਾ ਜ਼ਰੂਰ ਦੱਸਣਾ। ਅਤੇ ਯਾਰ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਵੀਡੀਓ ਨੂੰ ਲਾਈਕ ਵੀ ਕਰ ਦਿਓ, ਸ਼ੇਅਰ ਵੀ ਕਰ ਦਿਓ, ਸਾਡਾ ਵੀ ਬੱਚਾ ਕਰ ਦਿਓ ਫੇਮਸ। ਥੈਂਕ ਯੂ।